ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਛ ਕੁ ਦਿਨ ਪਹਿਲਾਂ ਖੁਸ਼ ਰੰਧਾਵਾ ਦੀ ਪੋਇਜ਼ਨ ਖਾਣ ਦੇ ਨਾਲ ਡੈਥ ਹੋ ਗਈ ਸੀ। ਖੁਸ਼ ਰੰਧਾਵੇ ਦੀ ਡੈਥ ਦਾ ਕਾਰਨ ਅਮਨ ਸਰਦਾਰਨੀ ਨੂੰ ਦੱਸਿਆ ਜਾ ਰਿਹਾ ਸੀ ਕਿ ਅਮਨ ਸਰਦਾਰਨੀ ਦੇ ਕਰਕੇ ਹੀ ਖੁਸ਼ ਰੰਧਾਵੇ ਨੇ ਪੋਇਜ਼ਨ ਖਾਧੀ ਹੈ, ਜਿਸ ਕਾਰਨ ਅਮਨ ਸਰਦਾਰਨੀ ਦੀ ਸੋਸ਼ਲ ਸਾਈਟਾਂ ਦੇ ਉੱਤੇ ਬਹੁਤ ਜ਼ਿਆਦਾ ਬਦਨਾਮੀ ਕੀਤੀ ਗਈ। ਉਸ ਤੋਂ ਬਾਅਦ ਅਮਨ ਸਰਦਾਰਨੀ ਨੇ ਵੀ ਗੋਲੀਆਂ ਖਾ ਲਈਆਂ ਸੀ। ਉਸ ਤੋਂ ਬਾਅਦ ਅਮਨ ਸਰਦਾਰਨੀ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ। ਕੁਛ ਕੁ ਲੋਕਾਂ ਨੇ ਲਾਈਕ ਵਿਊ ਲੈਣ ਲਈ ਸੋਸ਼ਲ ਸਾਈਟਾਂ ਦੇ ਉੱਤੇ ਇਹ ਅਫਵਾਹ ਉਡਾ ਦਿੱਤੀ ਕਿ ਅਮਨ ਸਰਦਾਰਨੀ ਦੀ ਡੈਥ ਹੋ ਚੁੱਕੀ ਹੈ। ਸਾਨੂੰ ਉਸ ਦੇ ਫਰੈਂਡ ਸਰਕਲ ਦੇ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਅਮਨ ਸਰਦਾਰਨੀ ਹੁਣ ਬਿਲਕੁਲ ਠੀਕ ਹੈ ਅਤੇ ਛੁੱਟੀ ਮਿਲ ਗਈ ਹੈ ਅਤੇ ਤੰਦਰੁਸਤ ਹੈ। ਸਾਨੂੰ ਇਹ ਵੀ ਪਤਾ ਲੱਗਿਆ ਕਿ ਅਮਨ ਸਰਦਾਰਨੀ ਖੁਸ਼ ਰੰਧਾਵਾ ਦੀ ਡੈਥ ਦਾ ਕਾਰਨ ਨਹੀਂ ਸੀ, ਉਸਨੇ ਪੋਇਜ਼ਨ ਆਪਣੀ ਕਿਸੇ ਫੈਮਿਲੀ ਪ੍ਰੋਬਲਮ ਦੇ ਕਰਕੇ ਖਾਧੀ। ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਕੁਛ ਕੁ ਲਾਈਕ ਵਿਊ ਲੈਣ ਦੇ ਲਈ ਇਹੋ ਜਿਹੀਆਂ ਗਲਤ ਅਫਵਾਹਾਂ ਨਾ ਉਡਾਇਆ ਕਰੋ ਜਿਸ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਅਸਰ ਪਵੇ। ਧੰਨਵਾਦ ਮੇਰੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ। ਜਿੱਦਾਂ ਕਿ ਨਵੀਂ ਕੋਈ ਅਪਡੇਟ ਮਿਲਦੀ ਹੈ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਜਾਂਦੇ ਜਾਂਦੇ ਵੈਲੀ ਜ਼ਿਮੀਂਦਾਰ ਦਾ ਅਫੀਸ਼ੀਅਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।